ਮਾਮਲਾ ਜੀ ਪੀਟੀਏ ਫੰਡ ਲਗਾਤਾਰ ਸਾਡੇ ਤੋਂ ਮੰਗ ਰਹੇ ਹੈਗੇ ਜੋ ਕਿ ਇਹ ਲੈਣ ਦਾ ਕੋਈ ਹੱਕ ਨਹੀਂ ਨਾ ਸਾਡੇ ਕਿਤੇ ਪੇਰੈਂਟਸ ਨੂੰ ਸੱਦ ਕੇ ਸਾਡੇ ਨਾਲ ਕਿਤੇ ਗੱਲ ਕੀਤੀ ਹੋਈ ਹੈਗੀ ਨਾ ਹੀ ਕੋਈ ਇਹ ਪੀਟੀਏ ਫੰਡ ਸਾਡੇ ਪੇਰੈਂਟਸ ਨੇ ਬੰਨੀ ਹੋਈ ਹੈਗੀ ਅਤੇ ਇਹ ਸਾਡੇ ਨਾਲ ਲਗਾਤਾਰ ਧੱਕਾ ਕਰ ਰਿਹਾ ਕੱਲ੍ਹ ਇਹਨਾਂ ਨੇ ਸਾਡੇ ਪ੍ਰਿੰਸੀਪਲ ਨੇ ਸਾਨੂੰ ਧਮਕੀ ਵੀ ਦਿੱਤੀ ਹੈਗੀ ਸਾਡੇ ਵੱਲ ਉਂਗਲ ਕਰਕੇ ਤੂੰ ਕਹਿ ਕੇ ਧਮਕੀ ਦਿੱਤੀ ਹੈ ਕਿ ਤੁਸੀਂ ਧਰਨਾ ਲਾ ਕੇ ਦਿਖਾਇਓ ਦੀਦੀ ਵਰਗੇ ਗਏ ਸੀ ਅੰਦਰ ਕਹਿੰਦੇ ਧਰਨਾ ਲਾਇਓ ਕੱਲ੍ਹ ਨੂੰ ਵੇਖ ਲਾਂਗੇ ਅਸੀਂ ਨੇ ਆਖਿਆ ਵੀ ਅਸੀਂ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਤੇ ਅੱਜ ਅਸੀਂ ਮੰਗ ਪੱਤਰ ਦਿੱਤਾ ਗਾ ਜੇਕਰ ਅੱਜ ਵੀ ਨਾ ਸਾਡੀ ਗੱਲ ਸੁਣੀ ਗਈ ਤਾਂ ਅਸੀਂ ਤਿੱਖਾ ਹੋਰ ਜ਼ਿਆਦਾ ਸੰਘਰਸ਼ ਕਰਾਂਗੇ ਅਤੇ ਇਸੇ ਤਰ੍ਹਾਂ ਧਰਨਾ ਜਾਰੀ ਵੀ ਰੱਖਾਂਗੇ ਨਾਮ ਗਗਨਦੀਪ ਸਿੰਘ ਦੇ ਮਾਮਲਾ ਇਹ ਪੀਡੀਐਫ ਫੰਡ ਦਾ ਔਰ ਵਾਰੀ ਵਾਰੀ ਜਿਹੜੀਆਂ ਫੀਸਾਂ ਸਾਡੇ ਕੋਲ ਨਜਾਇਜ਼ ਮੰਗੀਆਂ ਜਾ ਰਹੀਆਂ ਜੇ ਸਾਡੇ ਕੋਲ ਇੰਨੇ ਪੈਸੇ ਹੁੰਦੇ ਅਸੀਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਵਧੀਆ ਐਡਮਿਸ਼ਨ ਲੈਂਦੇ ਵਧੀਆ ਆਪਦਾ ਇੱਥੇ ਪਹਿਲਾਂ ਦੋ ਦੋ ਮਹੀਨੇ ਅਸੀਂ ਕਾਉਂਸਲਿੰਗ 'ਤੇ ਪਹਿਲਾਂ ਧੱਕੇ ਖਾਂਦੇ ਆ ਜੀ ਹਫ਼ਤਾ ਹੋ ਗਿਆ ਸਾਨੂੰ ਕਾਉਂਸਲਿੰਗ 'ਤੇ ਰੋਜ਼ ਸੱਦਦੇ ਆ ਪਹਿਲਾ ਨੰਬਰ 200 ਰੁਪਇਆ ਕਿਸੇ ਦਾ 300 ਰੁਪਇਆ ਤਾਂ ਸਾਡਾ ਕਿਰਾਏ ਦਾ ਲੱਗ ਜਾਂਦਾ ਸਾਡੀ ਬੇਨਤੀ ਆ ਸਾਡੇ ਤੋਂ ਨਜਾਇਜ਼ ਫੀਸਾਂ ਜਿਹੜੀਆਂ ਨਾ ਲਈਆਂ ਜਾਣ ਔਰ ਬੇਨਤੀ ਕਰਦੇ ਹਾਂ ਜਿਹੜੀ ਜਾਇਜ਼ ਫੀਸ ਆ ਉਹ ਸਾਡੇ ਤੋਂ ਲਈ ਜਾਵੇ ਜਿਹੜੀ ਨਜਾਇਜ਼ ਫੀਸ ਆ ਅਸੀਂ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਹਰਾਮ ਦੇ ਪੈਸੇ ਨਹੀਂ ਸਾਡੇ ਮਾਂ ਪਿਓ ਜਿਹੜੇ ਮਜ਼ਦੂਰੀ ਕਰਦੇ ਆ ਔਰ ਮਜ਼ਦੂਰੀ ਤੋਂ ਘਰ ਦਾ ਵਿਚਾਰਾ ਹੀ ਮਸਾਂ ਹੁੰਦਾ ਜੇ ਸਾਡੇ ਕੋਲ ਓਵਰ ਪੈਸੇ ਹੁੰਦੇ ਸਾਡੇ ਕੋਲ ਕੋਈ ਕਾਲਾ ਧਨ ਹੁੰਦਾ ਸਾਡੀ ਕੋਈ ਤਨਖਾਹ ਲੱਗੀ ਹੁੰਦੀ ਅਸੀਂ ਦੇ ਸਕਦੇ ਸੀ ਫੀਸ ਜੀ ਅਸੀਂ ਨਜਾਇਜ਼ ਫੀਸਾਂ ਨਹੀਂ ਦੇ ਸਕਦੇ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਕਾਲਜ ਵਾਲਿਆਂ ਨੂੰ ਵੀ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਫੀਸਾਂ ਉਹ ਜਾਇਜ਼ ਲਈਆਂ ਜਾਣ ਜਿਹੜੀਆਂ ਬਣਦੀਆਂ ਨਜਾਇਜ਼ ਫੀਸਾਂ ਨਾ ਸਾਥੋਂ ਦਿੱਤੀਆਂ ਜਾਣੀਆਂ ਨਾ ਸਾਥੋਂ ਨਾ ਹੀ ਅਸੀਂ ਦੇਣੀਆਂ